ਪੰਚਾਇਤੀ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਜ਼ੋਰਾਂ 'ਤੇ ਹੈ, ਲੇਕਿਨ ਪਿੰਡਾਂ ਦੇ ਵਿੱਚ ਨਾਮਜ਼ਦਗੀ ਫਾਰਮ ਭਰਨ ਤੋਂ ਪਹਿਲਾਂ ਤਨਾਤਨੀ ਵੀ ਦੇਖੀ ਜਾ ਰਹੀ ਹੈ। ਸਮਾਣਾ ਦੇ ਪਿੰਡ ਕਖਰਾਲਾ ਭਾਈਕਾ ਦੇ ਵਿੱਚ ਸਾਬਕਾ ਜਿਹੜਾ ਪੰਚਾਇਤ ਮੈਂਬਰ ਸੀ ਉਸ ਵੱਲੋਂ ਇਕੱਠ ਰੱਖਿਆ ਗਿਆ, ਜਿਸ ਦੇ ਵਿੱਚ ਪਿੰਡ ਦੇ ਵਾਸੀ ਇਕੱਠੇ ਹੋਏ ਅਤੇ ਉਹਨਾਂ ਨੇ ਉਸ ਸਰਪੰਚ ਤੋਂ ਜਿਹੜਾ ਮੈਂਬਰ ਸੀ ਉਸ 'ਤੇ ਹਿਸਾਬ ਮੰਗਿਆ। ਔਰ ਇਸੇ ਦੌਰਾਨ ਕੋਈ ਗਰਮਾ ਗਰਮੀ ਹੋਈ, ਜਿਸ ਦੇ ਵਿੱਚ ਦਰਸ਼ਨ ਸਿੰਘ ਦੀ ਮਾਰਕੁੱਟ ਹੋਈ ਹੈ, ਜਿਹੜੀ ਕਿ ਵੀਡੀਓ ਵਾਇਰਲ ਹੋਈ। ਵੀਡੀਓ ਵਾਇਰਲ ਹੋਣ ਦੇ ਬਾਅਦ ਦਰਸ਼ਨ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਾਈ ਹੈ। ਮਵੀ ਕਲਾਂ ਪੁਲਿਸ ਚੌਂਕੀ ਦੇ ਇੰਚਾਰਜ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਅਸੀਂ ਦਰਖਾਸਤ ਆਉਣ ਦੇ ਬਾਅਦ ਕਾਨੂੰਨ ਦੇ ਮੁਤਾਬਿਕ ਕਾਰਵਾਈ ਕਰ ਰਹੇ ਹਾਂ ਔਰ ਜਾਂਚ ਕਰ ਰਹੇ ਹਾਂ ਕਿਨ ਲੋਕਾਂ ਨੇ ਮਾਰਕੁੱਟ ਕੀਤੀ ਹੈ। ਦੂਜੇ ਪਾਸੇ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਮੇਰੇ ਨਾਲ ਮਾਰਕੁੱਟ ਕਰਨ ਦੇ ਬਾਅਦ ਮੇਰੀ ਵੀਡੀਓ ਵਾਇਰਲ ਕੀਤੀ ਗਈ। ਹੁਣ ਸਾਰਾ ਹੁਣ ਜਾਂਚ ਦਾ ਵਿਸ਼ਾ ਹੈ, ਪੁਲਿਸ ਨੇ ਕਿਸ ਤਰ੍ਹਾਂ ਜਾਂਚ ਕਰਨੀ ਹੈ, ਕਿਸ ਦਾ ਕਸੂਰ ਹੈ, ਕਿਸ ਦਾ ਨਹੀਂ, ਇਹ ਹੁਣ ਸਾਰਾ ਜਾਂਚ ਦੇ ਵੀ ਸਾਹਮਣੇ ਆਵੇਗਾ। ਲੇਕਿਨ ਪੰਚਾਇਤੀ ਚੋਣਾਂ ਅਮਨ ਅਮਾਨ ਨਾਲ ਹੋਣੀ ਚਾਹੀਦੀ ਹੈ, ਕਿਸੇ ਤਰ੍ਹਾਂ ਕੀ ਵੀ ਤਕਰਾਰਬਾਜ਼ੀ ਹੋਣ ਨਾਲ ਪਿੰਡਾਂ ਦਾ ਆਪਸੀ ਭਾਈਚਾਰਾ ਵੀ ਪ੍ਰਭਾਵਿਤ ਹੁੰਦਾ ਹੈ। ਕਕਰਾਲੇ ਦਾ ਆਇਆ ਸੀ ਮੈਟਰ, ਧਿਆਨ 'ਚ ਆਇਆ ਸੀਗਾ, ਦਰਸ਼ਨ ਸਿੰਘ ਨੇ ਸਰਪੰਚ ਉੱਥੇ, ਉਹਨਾਂ ਨੇ ਹਾਂ ਮੌਜੂਦਾ ਸਰਪੰਚ ਨੇ, ਉਹਨਾਂ ਨੇ ਕੋਈ ਵੋਟਾਂ ਵੋਟਾਂ ਨੂੰ ਲੈ ਕੇ ਕੱਟ ਕੁੱਟ ਰੱਖਿਆ ਹੋਇਆ ਸੀਗਾ। ਉਹਦੇ ਦੌਰਾਨ ਕੋਈ ਲੜਾਈ ਝਗੜਾ ਆਇਆ ਸੀ, ਸਾਡੇ ਕੋਲ ਤਲਾਹੀ ਸੀ, ਮੌਕੇ 'ਤੇ ਡਿਊਟੀ ਅਫਸਰ ਗਿਆ ਸੀਗਾ, ਕੋਈ ਲੜਾਈ ਝਗੜਾ ਹੋਇਆ ਉਹਨਾਂ ਦਾ, ਕੋਈ ਕੁੱਟਮਾਰ ਹੋਈ ਹੈ। ਉਹਦੇ ਸੰਬੰਧੀ ਸਾਨੂੰ ਕੱਲ੍ਹ ਦਰਖਾਸਤ ਦਿੱਤੀ ਹੈ ਦਰਸ਼ਨ ਸਿੰਘ ਜੀ ਨੇ, ਚਾਰ ਕੁ ਬੰਦਿਆਂ ਦਾ ਨਾਂ ਲਿਖਾਇਆ, ਉਹਨਾਂ ਦੇ ਖਿਲਾਫ਼ ਬਣਦੀ ਕਾਰਵਾਈ ਕਰ ਰਹੇ ਹਾਂ ਅਸੀਂ। ਅਜੇ ਕੋਈ ਗ੍ਰਿਫਤਾਰੀ ਤਾਂ ਨਹੀਂ ਹੋਈ? ਨਹੀਂ, ਆ ਗਏ ਮੇਰੇ ਕੋਲ ਬੈਠੇ ਨੇ, ਆਪਾਂ ਰੋਕੂ ਕਾਰਵਾਈ ਉਹਨਾਂ ਦੀ ਲੈ ਰਹੇ ਹਾਂ ਅਮਲ 'ਚ। ਬੱਬੂ ਆ ਗਿਆ, ਬੱਬੂ ਨੇ ਬਾਕੀ ਬੰਦੇ ਵੀ ਆ ਗਏ ਸਾਡੇ ਕੋਲ, ਉਹਨਾਂ ਜੋ ਬਣਦੀ ਕਾਰਵਾਈ ਅਸੀਂ ਕਰ ਰਹੇ। ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।